ਸਾਰੀ ਸਭਿਅਤਾ ਆ, ਚਲੋ ਹੁਣ ਉਹ ਹੌਲੀ ਹੌਲੀ ਖੋਜ ਕਰਦੇ ਪਏ ਆ। ਉਹਦੇ ਵਿੱਚ ਜਦੋਂ ਬਰਫ਼ ਦੇ ਵਿੱਚੋਂ ਕੱਢਦੇ ਆ, ਕੰਕਾਲ ਨਿਕਲਦੇ ਆ, ਉੱਥੇ ਵੀ ਹੁਣ ਉਹਨਾਂ ਨੇ ਇੱਕ ਵੇਖਿਆ ਵੀ ਕਾਫ਼ੀ ਧਿਆਨ ਨਾਲ ਦੇਖਦੇ ਆ, ਇੱਕ ਜਿਹੜਾ ਪਹਾੜ ਆ ਇਸ ਤਰ੍ਹਾਂ ਬਣਿਆ ਹੋਇਆ ਜਿਵੇਂ ਪਿਰਾਮਿਡ। ਉਹ ਜਿਹੜੇ ਇਸੇ ਤਰੀਕੇ ਹੀ ਸੀਗਾ ਜਿਵੇਂ ਹੁਣ ਆਪਾਂ ਸੁਣਦੇ ਹਾਂ ਵੀ ਭੀਮ ਨੇ ਹਾਥੀ ਚੱਕ ਕੇ ਸੱਟੇ, ਉਹ ਅਸਮਾਨ 'ਚ ਚੱਲ ਗਏ, ਉਤਰੇ ਨਹੀਂ। ਆਪਾਂ ਕਹਿੰਦੇ ਇੱਧਰਾਂ ਕਿੱਧਰਾਂ। ਸਤਿਯੁਗ ਦੇ ਵਿੱਚ ਇੱਕ ਕਥਾ ਸੁਣਨ ਨੂੰ ਆਉਂਦੀ ਹੈ ਵੀ ਇੱਕ ਸਮੇਂ ਐਡੇ ਗੁਰਮੁਖ ਹੋ ਗਏ ਸੀਗੇ, ਉਹਨਾਂ ਨੇ ਅੰਮ੍ਰਿਤ ਧਿਆਨ ਕੀਤਾ ਸੀਗਾ, ਭਾਈ ਗੁਰਦਾਸ ਜੀ ਨੇ ਵੀ ਉਸ ਚੀਜ਼ 'ਤੇ ਮੋਹਰ ਲਾਈ, ਸਮੇਰ ਪਰਬਤ ਰਿੜਕ ਲਿਆ ਉਹਨਾਂ ਨੇ ਸਮੁੰਦਰ। ਆਪਾਂ ਕਹਿੰਦੇ ਪਰਬਤ ਰਿੜਕ ਲਿਆ, ਜਾਂ ਤਾਂ ਰਿੜਕਣ ਵਾਲੇ ਪਾਗਲ ਸੀ ਜਾਂ ਸਮਾਉਣ ਵਾਲੇ ਪਾਗਲ, ਵੀ ਇਹ ਪਰਬਤ ਵੀ ਰਿੜਕੇ ਜਾਂਦੇ ਆ ਕਿਤੇ। ਇਹ ਬੜੇ ਵੱਡੀਆਂ ਵੱਡੀਆਂ ਇੱਥੇ ਐਨਰਜੀਆਂ ਆਈਆਂ। ਹੁਣ ਸਾਨੂੰ ਕੀ ਆ, ਸਾਡੇ ਤਾਂ ਅੱਜ ਕੱਲ੍ਹ ਅੱਜ ਤੋਂ ਬਜ਼ੁਰਗ 40 ਸਾਲ ਪਹਿਲਾਂ ਦੀ ਗੱਲ ਸੁਣਾਉਂਦੇ ਨੇ। ਉਹਨਾਂ ਨੂੰ ਕੋਈ ਕਹਿੰਦਾ ਹੁੰਦਾ ਸੀਗਾ ਵੀ ਇੱਕ ਮਸ਼ੀਨ ਆਈ, ਉਹ ਤੁਹਾਡੀ ਖੜੀ ਫਸਲ ਨੂੰ ਵੱਢੂਗੀ, ਵੱਢ ਕੇ ਉਹਦੇ 'ਚੋਂ ਇਕੱਲਾ ਇਕੱਲਾ ਦਾਣਾ ਕਰਕੇ ਢੋਲ 'ਚ ਪਾਊਗੀ, ਫੋਕ ਇੱਕ ਪਾਸੇ ਛੱਡ ਦੂਗੀ, ਤੁਹਾਡੀ ਟਰਾਲੀ ਦੇ ਵਿੱਚ ਦਾਣੇ ਪਾ ਕੇ ਚੱਲੀ ਜਾਇਆ ਕਰੂਗੀ ਕੰਪੈਨ। ਉਹ ਆਉਂਦਾ ਸੀ ਵੀ ਮੂਰਖ ਬਣਾਉਂਦੇ ਲੋਕ, ਇਹੋ ਜਿਹੀ ਵੀ ਕੋਈ ਮਸ਼ੀਨ ਆ ਸਕਦੀ ਹੈ ਵੀ ਇਕੱਲਾ ਇਕੱਲਾ ਦਾਣਾ ਸਾਡੀ ਢੋਲ ਦੇ ਵਿੱਚ ਪਾ ਜਾਵੇ। ਆਪਾਂ ਨੂੰ 25 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਇੱਕ ਇਹੋ ਜਿਹਾ ਫੋਨ ਆ ਗਿਆ, ਉਹਦੀ ਤਾਰ ਨਹੀਂ ਹੈਗੀ ਜਿੱਥੇ ਮਰਜ਼ੀ ਗੱਲ ਕਰ ਸਕਦੇ, ਆਪਾਂ ਮੰਨਦੇ ਨਹੀਂ ਹੁੰਦੇ ਇਹ ਜਿਹਾ ਕਿਹੜਾ ਫੋਨ ਆ, ਠੀਕ ਨਹੀਂ। ਵੀ ਉਹ ਕੋਡਲੈਸ ਜੇ ਆਏ ਸੀ ਵੀ ਕਿੱਲਾ ਡੁੱਢ ਕਿੱਲਾ ਤਾਂ ਚੱਲ ਚਲੇ ਜਾਂਦੇ, ਅਤੇ ਇਸ ਤਰ੍ਹਾਂ ਕਿਤੇ ਰੇਂਜ ਉਹਨੂੰ ਵੀ ਉਹ ਕਨੈਕਸ਼ਨ ਕਿੱਥੋਂ ਆਊਗਾ, ਸਾਨੂੰ ਪਤਾ ਹੀ ਨਹੀਂ, ਅਦੇਖ ਐਨਰਜੀ ਆਊਗੀ ਅਦੇਖ, ਠੀਕ ਨਹੀਂ। ਇਸੇ ਤਰੀਕੇ ਜਿਹੜਾ ਮਤਲਬ ਕੋਈ ਵੀ ਪਾਵਰ ਆ ਉਹ ਦ੍ਰਿਸ਼ਟੀ ਦੀ ਇੰਨੀ ਪਰਪੱਕਤਾ ਕਰ ਲੈਂਦੇ ਆ, ਜਿਵੇਂ ਅਸੀਂ ਇੱਥੋਂ 1000 ਟਨ ਦਾ ਪੱਥਰ ਚੱਕ ਕੇ ਕਿਤੇ ਗਾਂਹ ਲੈ ਕੇ ਜਾਣਾ, ਉਹਨੂੰ ਆਪਦੇ ਧਿਆਨ ਦੇ ਵਿੱਚ ਲੈ ਕੇ ਪਹਿਲਾਂ ਉਸ ਦੇ ਤੱਤਾਂ ਨੂੰ ਵਿੱਚ ਸਮਾਉਂਦੇ, ਉਹ ਇਹਦੇ ਵਿੱਚ ਗੁਪਤ ਹੁੰਦਾ, ਉਹਨੂੰ ਉੱਥੋਂ ਗਾਂਹ ਲੈ ਜਾਂਦੇ, ਉਹਨੂੰ ਉੱਥੋਂ ਗਾਂਹ ਲੈ ਜਾਂਦੇ। ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਪੇਸ ਟਰੈਵਲ ਕੀਤਾ,